ਭਾਈ ਅੰਮ੍ਰਿਤਪਾਲ ਨੂੰ ਲੈ ਕੇ ਜਥੇਦਾਰ ਦਾ ਵੱਡਾ ਬਿਆਨ ਨਹੀਂ ਹੋਵੇਗਾ, ਸਰਬੱਤ ਖਾਲਸਾ। ਭਾਈ ਅੰਮ੍ਰਿਤਪਾਲ ਸਿੰਘ ਦੇ ਬਹਾਨੇ 'ਚ ਸਰਕਾਰ ਅਨੇਕਾਂ ਨੌਜਵਾਨਾਂ ਨੂੰ ਇਸ ਤਰ੍ਹਾਂ ਦਹਿਸ਼ਤ ਪੈਦਾ ਕਰਕੇ ਬਾਹਰਲੇ ਸਕੂਲਾਂ ਚੇਨੇ 'ਚ ਲਾ ਕੇ ਭੇਜ ਰਹੀ ਹੈ, ਉਹ ਸਹਿਣਯੋਗ ਨੇ ਨਾ, ਬਰਦਾਸ਼ਤ ਕੀਤੇ ਜਾ ਸਕਦੇ ਨਾ ਕਰਾਂਗੇ। ਸਰਕਾਰ ਨੂੰ ਇਹ ਸਾਰੀਆਂ ਗੱਲਾਂ ਮੰਨਣੀਆਂ ਪੈਣੀਆਂ, ਆਪਣੇ ਪੈਰ ਜਿਹੜੇ ਫੈਸਲੇ ਵਾਪਸ ਲੈਣੇ ਪੈਣਗੇ। ਉਹਦੇ ਨਿਰਭਰ ਹੁੰਦਾ, ਜੋ ਕੋਈ ਬਹੁਤ ਵੱਡਾ ਸੰਕਟ ਕੌਮ ਦੇ ਸਾਹਮਣੇ ਹੋਵੇ ਉਹਦੇ ਬੁਲਾਇਆ ਜਾ ਸਕਦਾ। ਅੱਜ ਰਿਹਾਈਆਂ ਦਾ ਮਾਮਲਾ, ਸਰਕਾਰ ਦੀਆਂ ਵਧੀਕੀਆਂ, ਇਹ ਰਾਜਸੀ ਮਾਮਲੇ ਆ ਜਿਨ੍ਹਾਂ ਬਾਰੇ ਅਸੀਂ ਤਕੜੀ ਤਰ੍ਹਾਂ ਲੜਾਂਗੇ। ਨਹੀਂ ਹੋਣਾ ਚਾਹੀਦਾ, ਸਾਡੀ ਜਥੇਬੰਦੀ ਦੀ ਵੀ ਰਾਏ ਹੈ ਕਿ ਸਰਬੱਤ ਖਾਲਸਾ ਨਹੀਂ ਹੋਣਾ ਚਾਹੀਦਾ। ਦੂਜੀ ਗੱਲ, ਅਸੀਂ ਇਹ ਵੀ ਮਹਿਸੂਸ ਕਰਦੇ ਹਾਂ ਕਿ ਸਰਬੱਤ ਖਾਲਸੇ ਨੇ ਜਿਹੜੇ ਵਰਤਮਾਨ ਜਥੇਦਾਰ ਆ ਉਹਨਾਂ ਦੀ ਬਜਾਏ ਭਾਈ ਜਗਤਾਰ ਸਿੰਘ ਹਵਾਰਾ ਨੂੰ ਚੁਣਿਆ। ਜਥੇਦਾਰ ਸਾਹਿਬ ਕੋਲ ਜਿਹੜੇ ਚੋਣੀ ਕਮੇਟੀ ਦੀ ਆ ਉਹ ਸਰਵ ਪ੍ਰਵਾਨਤ ਨਹੀਂ, ਇਸ ਕਰਕੇ ਸਰਬੱਤ ਖਾਲਸਾ ਨਹੀਂ ਹੋਣਾ ਚਾਹੀਦਾ। ਤਿਆਰੀਆਂ ਦੀ ਬਜਾਏ, ਤਿਆਰੀਆਂ ਇੱਕ ਵੱਖਰੀ ਗੱਲ ਹੈ, ਤਿਆਰੀਆਂ ਤਾਂ ਘੰਟਿਆਂ 'ਚ ਵੀ ਕੰਮਾਂ ਕਰ ਲੈਂਦੀਆਂ ਜਦੋਂ ਕੋਈ ਰੋਸ ਹੋਵੇ। ਉਹ ਮੁੱਦਾ ਜਾਂ ਉਹ ਹਾਲਾਤ ਚਾਹੀਦੇ, ਜੇ ਜਦੋਂ ਕਿਤੇ ਬਹੁਤ ਵੱਡੀ ਕ੍ਰਾਈਸਿਸ ਦੇ ਵਿੱਚ ਪੰਥ ਫਸਿਆ ਹੋਵੇ, ਕੋਈ ਰਸਤਾ ਨਾ ਹੋਰ ਕੋਈ ਸਾਨੂੰ ਦਿਖਾਈ ਦਿੰਦਾ ਹੋਵੇ। ਅੱਜ ਦੇ ਜਿਹੜੇ ਹਾਲਾਤ ਹੈ ਇਹ ਸਿਰਫ ਇੱਕ ਰਾਜਨੀਤਿਕ ਹਾਲਾਤ, ਸਰਕਾਰ ਵੱਲੋਂ ਸਰਕਾਰ ਦੀਆਂ ਗਲਤੀਆਂ ਨਾਲ, ਭਗਵੰਤ ਸਿੰਘ ਮਾਨ ਦੇ ਅਨਾੜੀ ਪੁਣੇ ਨਾਲ ਪੈਦਾ ਹੋਈਆਂ। ਪ੍ਰਸ਼ਾਸਨ ਨੇ ਜਿਸ ਤਰ੍ਹਾਂ ਦੇ ਹਾਲਾਤ ਬਣਾਏ, ਕੋਈ ਪੰਜਾਬ ਦੇ ਵਿੱਚ ਇਹ ਹਾਲਾਤ ਨਹੀਂ। ਪੂਰਨ ਤੌਰ 'ਤੇ ਮੈਨੂੰ ਇਹ ਲੱਗਦਾ ਵੀ ਅੰਮ੍ਰਿਤਪਾਲ ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਕਈ ਤਰ੍ਹਾਂ ਦੀਆਂ ਤਸਵੀਰਾਂ ਵਾਇਰਲ ਹੁੰਦੀਆਂ ਹਨ, ਪਰ ਸਾਡਾ ਚੈਨਲ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਕਿ ਇਹ ਸਹੀ ਹਨ ਜਾਂ ਝੂਠ। ਸਾਡੇ ਚੈਨਲ ਦੇ ਨਾਲ ਬਣੇ ਰਹਿਣ ਲਈ ਧੰਨਵਾਦ, ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ।